ਸੀਗਾ ਉਹਨਾਂ ਨੇ ਅਸੀਂ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾਗਾ ਕੋਈ ਨਾਥੀ ਪੈ ਰਹੀ ਅਸੀਂ ਜਗਰਾਮਾ ਤੱਕ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਮੈਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਆ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪਾਵਾਂਗੇ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਪਰ ਅਸੀਂ ਪੁਲਿਸ ਨੂੰ ਨਾਲ ਲੈ ਕੇ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ ਤੌਰ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ ਠੀਕ ਆ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਤੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗਹਿਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ ਜੋ ਬੰਦੇ ਉਹਨਾਂ ਨੂੰ ਦੇ ਕੇ ਗਏ ਆ ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨੇਗੀਆਂ ਸਾਡੇ ਕੋਲ ਠੀਕ ਆ ਨੰਬਰ ਦੇ ਉੱਤੇ ਇਹ ਆ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਕਿੰਨੇ ਠੀਕ ਆ ਕੋਈ ਗਿਣਤੀ ਨਹੀਂ ਆ ਵੀ ਉਸ ਤੋਂ ਬਾਅਦ ਸਾਨੂੰ ਇੱਕ ਕੰਪਿਊਟਰਾਈਜ਼ ਕੰਡਾ ਮਿਲਿਆ ਉਹਨਾਂ ਦੇ ਘਰ ਤੋਂ ਠੀਕ ਆ ਉਸ ਤੋਂ ਬਾਅਦ ਆ ਨਿੱਕੀਆਂ ਨਿੱਕੀਆਂ ਪਰਚੀਆਂ ਉਹਨਾਂ ਦੇ ਘਰੋਂ ਮਿਲੀਆਂ ਲਫਾਫੀਆਂ ਨੇ ਠੀਕ ਆ ਜੋ ਲਫਾਫੀਆਂ ਜਿਹਦੇ ਵਿੱਚ ਚਿੱਟਾ ਪਾ ਕੇ ਉਹ ਵੇਟ ਕਰਕੇ ਦਿੰਦੇ ਆ ਤੇ ਉਹਦੇ ਤੇ ਇਹਦੇ ਵਿੱਚ ਸਾਨੂੰ ਸਰਿੰਜਾ ਮਿਲੀਆਂ ਨੇ ਤੇ ਆ ਮੋਬਾਈਲ ਮਿਲੇ ਆ ਉਹਨਾਂ ਦੇ ਘਰ ਤੋਂ ਆ ਪੈਸੇ ਮਿਲੇ ਆ ਤੇ ਆ ਬਾਕੀ ਜਿਹੜੇ ਹੈਗੇ ਆ ਆ ਮੁੰਡੇ ਆਉਂਦੇ ਹੋਣਗੇ ਨਹੀਂ ਕੁਛ ਹੁੰਦਾ ਉਹ ਤੇ ਆਪਦੀ ਹਰ ਇੱਕ ਚੀਜ਼ ਉਹਨਾਂ ਕੋਲ ਗਿਰਵੀ ਧਰ ਕੇ ਜਾਂਦੇ ਆਗੇ ਤੇ ਐਦਾਂ ਹੀ ਸਾਡੇ ਕੋਲ ਸਰਿੰਜਾ ਨੇਗੀਆਂ ਇੰਜੈਕਸ਼ਨ ਮਿਲੇ ਆ ਸਾਨੂੰ ਸਰਿੰਜਾ ਦਿਖਾਓ ਜੀ ਸਰਿੰਜਾ ਹੈਗੀਆਂ ਨੇ ਇਹਦੇ ਵਿੱਚ ਮੜਿਆਣੀ ਪਿੰਡ ਦਾ ਹਾਲ ਆ ਜੀ ਆ ਦੇਖ ਹੈਗਾ ਸਾਰਾ ਆ ਸਰਿੰਜਾ ਦੇਖ ਲਓ ਆ ਦੇਖੋ ਪੁਲਿਸ ਪ੍ਰਸ਼ਾਸਨ ਕਹਿੰਦੇ ਸਾਨੂੰ ਸਬੂਤ ਦਿਓ ਇਹ ਗੱਲ ਕਹਿ ਰਹੇ ਅਸੀਂ ਬਾਰ ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਖਾਓ ਹੁਣ ਸਬੂਤ ਦੇਤਾ ਜੀ ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਇੱਥੇ ਵੀ ਲਾਈਵ ਹੋ ਰਹੇ ਆ ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੇ ਹੁਣ ਸਬੂਤ ਵੀ ਦੇਤੇ ਆ ਹਲਕੇ ਦਾਖੇ ਦਾ ਪਿੰਡ ਮੜਿਆਣੀ ਹਲਕੇ ਦਾਖੇ ਦੇ ਮੜਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡ ਦੇ ਚਿੱਟੇ ਵੇਚਣ ਦੇ ਵਿੱਚ ਇੱਕ ਨੰਬਰ ਤੇ ਸੀਗਾ ਸਾਰਾ ਕੁਝ ਹੁਣ ਦੱਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਹੁਣ ਆਪਣੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਹੁਣ ਦੇਖਣਾ ਇਹ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਪੁਲਿਸ ਵਾਲੇ ਕਦੋਂ ਤੱਕ ਉਹਨਾਂ ਨੂੰ ਰਿਹਾਈ ਕਰਦੇ ਕਿਰਪਾ ਕਰਕੇ ਉਹਨਾਂ ਨੂੰ ਬਣਦੀ ਕਾਰਵਾਈ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਸਾਡੀ ਬੇਨਤੀ ਪ੍ਰਸ਼ਾਸਨ ਅੱਗੇ ਹੀ ਹੈ ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਜਾਂਦ ਉਹ ਫੜ ਕੇ ਲੈ ਜਾਂਦੀ ਸੀ ਪੁਲਿਸ ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਸਿਰ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਤੁਹਾਡੇ ਬੱਚੇ ਬਾਹਰ ਨੇ ਨਾ ਤਾਂ ਘੱਟੋ ਘੱਟ ਸਾਡੇ ਬੱਚੇ ਖਰਾਬ ਨਾ ਕਰੋ ਜਿਹੜਾ ਜ਼ਮਾਨਤ ਕਰਾਓ ਉਹਦੇ ਤੇ ਬਣਦੀ ਕਾਰਵਾਈ ਕਰੋ ਨੰਬਰ 1 ਅਸੀਂ ਮਤਾ ਪਾਵਾਂਗੇ ਉਹਨੂੰ ਪਿੰਡੋਂ ਬਾਹਰ ਕੱਢਣ ਦਾ ਨੰਬਰ 2 ਤੇ ਮਤਾ ਮੇਰਾ ਇਹ ਹੋ ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜ਼ਮਾਨਤ ਕਰਾਊਗਾ ਚਾਹੇ ਜਰਨਲ ਦਾ ਕੋਈ ਵੀ ਕੈਟਾਗਰੀ ਨੂੰ ਸਬੰਧ ਰੱਖਦਾ ਕੋਈ ਵੀ ਪਾਰਟੀ ਨੂੰ ਬਿਲੋਂਗ ਕਰਦਾ ਉਹ ਬੰਦਾ ਆਪਦਾ ਸਾਰਾ ਪਰਿਵਾਰ ਲੈ ਕੇ ਪਿੰਡ ਛੱਡੂਗਾ ਵੀ ਸਾਡੀ ਭੈਣ ਹੈ ਸਰਪੰਚ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ 3-4 ਘਰ ਨੇ ਉਹ ਡਰੱਗ ਵੇਚ ਰਹੇ ਨੇ ਉਹ ਕੱਲ ਐਸਐਸਪੀ ਸਾਹਿਬ ਨੇ ਤੇ ਸਾਰਾ ਰੇਡ ਕਰਵਾ ਕੇ 110 ਦੀ ਕਾਰਵਾਈ ਕਰ ਦਿੱਤੀ ਸੀ ਤੇ ਅੱਜ ਅਸੀਂ 128 ਨੰਬਰ ਐਫਆਈਆਰ ਵੀ ਦਰਜ ਕਰ ਦਿੱਤੀ ਹੈ ਤੇ ਇਹ ਪਿੰਡ ਦੇ ਬੜੇ ਸੁਚੇਤ ਲੋਕ ਨੇ ਜਿਨ੍ਹਾਂ ਨੇ ਸਾਡੇ ਨੋਟਿਸ ਲਿਆਂਦਾ ਕਿਤੇ 2-3 ਘਰ ਦੇ ਡਰੱਗ ਨੂੰ ਵੇਚਦੇ ਹੈਗੇ ਆ ਉਹਨਾਂ ਤੋਂ ਹਾਲੇ ਰਿਕਵਰੀ ਤਾਂ ਕੋਈ ਨਹੀਂ ਹੋਈ ਪੱਟੀਆਂ ਵੱਲ ਆਲਰੇਡੀ ਟੇਕਨ ਐਕਸ਼ਨ ਤੇ ਮੈਂ ਇਹਨਾਂ ਨੂੰ ਪਰਸਨਲੀ ਇਹ ਅਸ਼ੋਰ ਕਰਨਾ ਸੀ ਕਿ ਕਦੀ ਵੀ ਕੋਈ ਵੀ ਪ੍ਰੋਬਲਮ ਹੋਵੇ ਪੁਲਿਸ ਰਿਲੇਟਡ ਮੋਬਾਈਲ ਨੰਬਰ ਤੁਹਾਡੇ ਕੋਲ ਹੈ ਵਟਸਐਪ ਨੰਬਰ ਤੁਹਾਡੇ ਕੋਲ ਸਾਰੇ ਅਫਸਰਾਂ ਨੇ ਸਾਡੇ ਨੋਟਿਸ ਲਿਆ ਉਹ ਤਾਂ ਕਿ ਅਸੀਂ ਇਸ ਥ੍ਰੈਟ ਨੂੰ ਨਿਊਟਰਲਾਈਜ਼ ਕਰ ਦਈਏ ਜਦੋਂ ਲੋਕ ਤੇ ਪੁਲਿਸ ਰਲ ਕੇ ਕੰਮ ਕਰਾਂਗੇ ਤਾਂ ਸਾਨੂੰ ਇਹ ਖੰਚ ਕਰਨ ਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ ਸਰ ਐਫ ਆਈ ਆਰ ਕਿੰਨੇ ਬੰਦੇ ਦੇ ਅਗੇਂਸਟ ਕੀਤੀ ਗਈ ਹੈ ਉਹ ਜਨਰਲ ਐਫ ਆਈ ਆਰ ਹੈ ਉਹਦੇ ਜਿਹੜੇ ਜਿਹੜੇ ਬੰਦੇ ਤੇ ਪੈਂਦੇ ਨੇ ਆਉਣਗੇ 1-2-3-4-6 ਜਿਹੜੇ ਉਹਨਾਂ ਨੂੰ ਜ਼ਮੀਨ ਲੈ ਕੇ ਜਿਹੜੇ ਉਹਦੇ ਪਾ ਲਿਆ ਸਰ ਸਰਚ ਆਪਰੇਸ਼ਨ ਬਾਕੀ ਪਿੰਡਾਂ ਵਿੱਚ ਚੱਲੂਗਾ ਸਾਰਿਆਂ ਚੱਲੇਗਾ ਅੱਜ ਮੈਂ ਮੀਟਿੰਗ ਕਰਕੇ ਆਇਆ ਸੀ ਸਾਹਿਬ ਨਾਲ ਸਾਰੇ ਕੈਪਟਨ ਅਫਸਰ ਨਾਲ 270 ਪਿੰਡ ਨੇ ਜਗਰਾਉਂ ਡਿਸਟ੍ਰਿਕਟ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ 13 ਗਸਟਰ ਅਫਸਰ ਨੇ ਇਸ ਕਰਕੇ ਹਫ਼ਤੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸਾਡਾ ਗਸਟਰ ਅਫਸਰ ਜਾ ਕੇ ਸਾਰੇ ਸਰਪੰਚਾਂ ਨਾਲ ਮੀਟਿੰਗ ਕਰਕੇ ਪਤਾ ਕਰੇਗਾ ਕਿਹੜੇ ਕਿਹੜੇ ਪਿੰਡ ਵਿੱਚ ਡੰਗ ਦਿੱਤੀ ਹੈ ਇਸੇ ਤਰ੍ਹਾਂ ਦੀ ਸਾਰੀ ਰੇਂਜ ਦੇ ਵਿੱਚ ਸਾਰਾ ਕੰਮ ਕਰਦਾ ਥੈਂਕ ਯੂ ਸਰ ਠੀਕ ਹੈ ਸਰ ਠੀਕ ਹੈ